ਸਤ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਿੱਲੀ ਬਾਰਡਰ ਤੋਂ ਆਈ ਵੱਡੀ ਖਬਰ ਸਰਕਾਰ ਨੇ ਅਚਾਨਕ ਸ਼ੁਰੂ ਕਰਤਾ ਇਹ ਕੰਮ ਤਾਜ਼ਾ ਵੱਡੀ ਖਬਰ ਆ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਦੱਸਣਾ ਬਣਦਾ ਹੈ ਕਿ ਕੋਰੋਨਾ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਕੁੰਡਲੀ ਬਾਰਡਰ ਦੇ ਬਹਾਦਰਗੜ ਦੇ ਵਿੱਚ ਟੀਕਾ ਕਰਨ ਕੈਂਪ ਸ਼ੁਰੂ ਕਰ ਦਿੱਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੁਪਹਿਰ ਨੂੰ ਇਸ ਦੇ ਲਈ ਆਦੇਸ਼ ਜਾਰੀ ਕੀਤਾ ਜਿਸ ਤੋਂ ਬਾਅਦ ਟੀਕਾ ਕਰਨ ਕੈਂਪ ਸ਼ੁਰੂ ਕਰ ਦਿੱਤਾ ਗਿਆ ਸੋ ਅੱਗੇ ਵਧਣ ਤੋਂ ਪਹਿਲਾਂ ਇੱਕ ਹੋਰ ਬੇਨਤੀ ਹੈ ਜੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਜਿਸ ਤੇ ਕਲਿੱਕ ਕਰਕੇ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਜ਼ਿਕਰਯੋਗ ਹੈ ਕਿ ਸੂਬੇ ਦੇ ਸਿਹਤ ਸਕੱਤਰ ਜੀਬ ਅਰੋੜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਡਾਕਟਰਾਂ ਦੀਆਂ ਈਮਾ ਦੇ ਵੱਲੋਂ ਟੀਕਾਕਰਨ ਕੀਤਾ ਜਾ ਰਿਹਾ ਹੈ ਇੱਕ ਸਾਵਧਾਨੀ ਨੂੰ ਵਰਤਿਆ ਜਾ ਰਿਹਾ ਹੈ ਹਰ ਇੱਕ ਸਾਵਧਾਨੀ ਨੂੰ ਲਗਾਤਾਰ ਵਰਤ ਰਹੇ ਆ ਤੇ ਦੂਜੇ ਪਾਸੇ ਕਿਸਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਸਰਕਾਰ ਦੀ ਚੰਗੀ ਪਹਿਲ ਦੱਸਿਆ ਜਾ ਰਿਹਾ ਤੇ ਕਿਸਾਨ ਇਸ ਵਿੱਚ ਆਪਣਾ ਸੰਯੋਗ ਦਿੰਦੇ ਦਿਖਾਈ ਦੇ ਰਹੇ ਨੇ ਜੇਕਰ ਜੋਗਾ ਕਿ ਕਿਸਾਨਾਂ ਦੇ ਵੱਲੋਂ ਵੀ ਟੀਕੇ ਲਗਵਾਏ ਜਾ ਰਹੇ ਨੇ ਉਹ ਪੂਰੇ ਦਾ ਪੂਰਾ ਸੰਯੋਗ ਦੇ ਰਹੇ ਨੇ ਜੀਟੀ ਰੋਡ ਤੇ ਰਸੋਈ ਟਾਬੇ ਚੋਂ ਇਸ ਪਹਿਲ ਨੂੰ ਸ਼ੁਰੂ ਕੀਤਾ ਗਿਆ ਕੋਵਿਡ ਟੀਕਾਕਰਨ ਕੈਂਪ ਰੈੱਡ ਕਰਾਸ ਸੁਸਾਇਟੀ ਦੇ ਕੋਆਰਡੀਨੇਟਰ ਸਰੋਜ ਬਾਲਾ ਦੀ ਦੇਖਰੇਖ ਹੇਠ ਲਾਇਆ ਗਿਆ ਜਿਸ ਚ ਹਰ ਕੋਈ ਆਪਣੇ ਪੱਧਰ ਤੇ ਸੰਯੋਗ ਦੇ ਰਿਹਾ ਏ ਸੋ ਵੱਡੀ ਪਹਿਲ ਸਰਕਾਰ ਦੀ ਐ ਕਿਸਾਨਾਂ ਦੇ ਵੱਲੋਂ ਸਾਥ ਹੈ ਐਚਐਲ ਸਿਟੀ ਬਹਾਦਰਗੜ ਦੇ ਵਿੱਚ ਵੀ ਇੱਕ ਨਵਾਂ ਕੋਵਿਡ ਟੀਕਾਕਰਨ ਕੈਂਪ ਸ਼ੁਰੂ ਕੀਤਾ ਗਿਆ ਜਿੱਥੇ ਕਿਸਾਨਾਂ ਦਾ ਪੂਰਾ ਸੰਯੋਗ ਮਿਲ ਰਿਹਾ ਏ ਉਪ ਮੁੱਖ ਮੰਤਰੀ ਦੁਸ਼ੰਤ ਚਟਾਲਾ ਨੇ ਕਿਸਾਨਾਂ ਨੂੰ ਇਸ ਕੈਂਪ ਦੇ ਵਿੱਚ ਟੀਕਾ ਕਰਨ ਦਾ ਫਾਇਦਾ ਉਠਾਉਣ ਦੀ اپیل ਕੀਤੀ ਤੇ ਕਿਸਾਨ ਇਸ ਨੂੰ ਆਪਣਾ ਸੰਯੋਗ ਦੇ ਰਹੇ ਹਨ ਤੇ ਸਰਕਾਰ ਦਾ ਇੱਕ ਚੰਗਾ ਕਦਮ ਦੱਸ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਜਿਹੜਾ ਕਰੋਨਾ ਤੋਂ ਉਥੇ ਬਚਾਇਆ ਜਾ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਖਬਰ ਦਾ ਪਤਾ ਲੱਗ ਸਕੇ ਧੰਨਵਾਦ